ਕਿਤੇ ਮੈਂ ਕੋਈ ਬੱਚਾ ਪਿਓ ਨੂੰ ਮੱਥਾ ਵੀ ਟੇਕੇ, ਪਿਓ ਦੀ ਪਰਿਕਰਮਾ ਵੀ ਕਰੇ ਅਤੇ ਹੱਥ ਜੋੜ ਕੇ ਵੀ ਖੜਾ ਹੋ ਜਾਏ ਅਤੇ ਪਿਓ ਆਖੇ ਬੇਟਾ ਇਹ ਗਿਲਾਸ ਪਾਣੀ ਦਾ ਤਾਂ ਦੇਈ, ਇਹ ਕੰਮ ਮੈਥੋਂ ਨਹੀਂ ਆਉਣਾ, ਇਹ ਅਸੀਂ ਨਹੀਂ ਕਰ ਸਕਦੇ, ਤੈਨੂੰ ਮੱਥਾ ਟੇਕ ਸਕਦੇ ਹਾਂ, ਤੇਰੀ ਗੱਲ ਨਹੀਂ ਮੰਨ ਸਕਦੇ, ਤੇਰੀ ਪੂਜਾ ਕਰ ਸਕਦੇ ਹਾਂ, ਤੇਰਾ ਬਚਨ ਨਹੀਂ ਮੰਨ ਸਕਦੇ, ਤੇਰੀ ਪਰਿਕਰਮਾ ਕਰ ਸਕਦੇ ਹਾਂ, ਤੇਰੀ ਗੱਲ ਨਹੀਂ ਮੰਨ ਸਕਦੇ। ਸਿੱਖ ਇਹੀ ਕਰਦੇ ਪੈਣ, ਇਹ ਗੁਰੂ ਗ੍ਰੰਥ ਸਾਹਿਬ, ਤੈਨੂੰ ਮੱਠਾ ਟੇਕ ਸਕਦੇ ਹਾਂ, ਤੇਰਾ ਬਚਨ ਨਹੀਂ ਮੰਨ ਸਕਦੇ, ਤੈਨੂੰ ਚੌਰ ਕਰ ਸਕਦੇ ਹਾਂ, ਤੇਰੀ ਪਰਿਕਰਮਾ ਕਰ ਸਕਦੇ ਹਾਂ, ਤੇਰਾ ਹੁਕਮ ਨਹੀਂ ਮੰਨ ਸਕਦੇ। ਇੱਥੇ ਤਾਂ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਭਾਈ ਗੁਰਦਾਸ ਨੇ ਇੱਕ ਹੋਰ ਉਦਾਹਰਣ ਦਿੱਤਾ ਹੈ ਵੀ ਜਿਤਨੀਆਂ ਖੂਬੀਆਂ ਇੱਕ ਕੀੜੀ 'ਚ ਨੇ, ਉਤਨੀਆਂ ਵੀ ਮਨੁੱਖ ਦੇ 'ਚ ਨਹੀਂ ਨੇ। ਕੁਛ ਗੁਣਾਂ ਵਿੱਚ ਕੀੜੀ ਮਨੁੱਖ ਨਾਲੋਂ ਬਹੁਤ ਅੱਗੇ ਹੈ, ਭਾਵੇਂ ਛੋਟੀ ਹੈ, ਨਜ਼ਰ ਥੱਲੇ ਆਉਣੀ ਵੀ ਔਖੀ ਹੈ, ਲੋਕ ਪੈਰਾਂ ਥੱਲੇ ਰਗੜ ਕੇ ਰੱਖ ਦਿੰਦੇ ਨੇ, ਪਰ ਕੁਛ ਖੂਬੀਆਂ ਨੇ। ਔਰ ਗਿਆਨ ਕਿਸੇ ਦੀ ਵਿਰਾਸਤ ਨਹੀਂ ਹੈ, ਬਥੇਰਿਆਂ ਕੋਲ ਆਪਣੇ ਆਪਣੇ ਢੰਗ ਦਾ ਗਿਆਨ। ਭਾਈ ਸਾਹਿਬ ਪੌੜੀ ਵਿੱਚ ਲਿਖਦੇ ਨੇ, ਨੀਚੋ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਗਣਾਵੇ, ਗੁਰਮੁਖ ਮਾਰਗ ਚੱਲਣਾ ਇਕਦ ਖੁੱਡ ਸਹੰਸ ਸਮਾਵੇ। ਪ੍ਰਥਮ ਕੀੜੀ ਦਾ ਗੁਣ ਆਪਣੇ ਮੁਖੀ ਦੇ ਪਿੱਛੇ ਚੱਲਦੀ ਹੈ, ਗੁਰਮੁਖ ਮਾਰਗ ਚੱਲਣਾ ਮੁਖੀ ਦੇ ਪਿੱਛੇ ਚੱਲਦੀ ਹੈ, ਬੜੀ ਤਰਤੀਬ ਨਾਲ ਚੱਲਦੀ ਹੈ, ਬੜੇ ਭਰੋਸੇ ਨਾਲ ਚੱਲਦੀ ਹੈ। ਇਕਦ ਖੁੱਡ ਸਹੰਸ ਸਮਾਵੇ, ਇੱਕ ਛੋਟੀ ਜਿਹੀ ਖੁੱਡ ਦੇ 'ਚ ਹਜ਼ਾਰਾਂ ਆ ਜਾਂਦੀਆਂ ਨੇ, ਪਿਆਰ ਨਾਲ ਰਹਿੰਦੀਆਂ ਨੇ, ਕੋਈ ਝਗੜਾ ਨਹੀਂ, ਕੋਈ ਕਲੇਸ਼ ਨਹੀਂ। ਮੈਂ ਦੇਖਿਆ ਹੈ 15-15 ਕਮਰਿਆਂ ਦਾ ਇੱਕ ਬਹੁਤ ਵੱਡਾ ਮਹਿਲ ਹੋਵੇ, ਮਕਾਨ ਹੋਵੇ, ਦੋ ਪਿਓ ਪੁੱਤਰ ਨਹੀਂ ਰਹਿ ਸਕਦੇ, ਦੋ ਭਰਾ ਨਹੀਂ ਰਹਿ ਸਕਦੇ, ਸੱਸ ਤੇ ਨੂੰਹ ਨਹੀਂ ਰਹਿ ਸਕਦੇ, ਕਲੇਸ਼। ਇੱਕ ਖੁੱਡ ਦੇ 'ਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ ਨੇ, ਇੱਕ ਘਰ ਦੇ 'ਚ ਦੋ ਭਰਾ ਨਹੀਂ ਰਹਿ ਸਕਦੇ, ਪਿਓ ਪੁੱਤਰ ਨਹੀਂ ਰਹਿ ਸਕਦੇ। ਕੀੜੀ ਦਾ ਤਨ ਬੜਾ ਛੋਟਾ ਹੈ ਪਰ ਦਿਲ ਵੱਡਾ ਹੈ, ਹਜ਼ਾਰਾਂ ਕੀੜੀਆਂ ਲਈ ਥਾਂ ਹੈ। ਮਨੁੱਖ ਦਾ ਤਨ ਬੜਾ ਵੱਡਾ ਹੈ, ਦਿਲ ਇਤਨਾ ਛੋਟਾ ਹੈ, ਭਰਾ ਲਈ ਥਾਂ ਕੋਈ ਨਹੀਂ, ਪਿਓ ਲਈ ਵੀ ਥਾਂ ਕੋਈ ਨਹੀਂ, ਮਾਂ ਲਈ ਵੀ ਥਾਂ ਕੋਈ ਨਹੀਂ। ਤਨ ਬੜਾ ਵੱਡਾ ਹੈ, ਦਿਲ ਬਹੁਤ ਛੋਟਾ ਹੈ, ਦੂਜੇ ਲਈ ਕੋਈ ਥਾਂ ਨਹੀਂ ਹੈ। ਉਹਦਾ ਤਨ ਬੜਾ ਛੋਟਾ ਹੈ, ਦਿਲ ਇਤਨਾ ਵੱਡਾ ਹੈ ਕਿ ਹਜ਼ਾਰਾਂ ਲਈ ਥਾਂ ਹੈ। ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ, ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚੱਲ ਜਾਵੇ। ਇਹਨੂੰ ਵਾਸ਼ਨਾ ਆ ਜਾਏ ਨਾ ਕੀੜੀ ਨੂੰ, ਇੱਥੇ ਖੰਡ ਪਈ ਹੈ, ਇੱਥੇ ਚੌਲ ਪਏ ਨੇ, ਇੱਥੇ ਘਿਓ ਪਿਆ, ਚੱਲ ਪੈਂਦੀ ਹੈ, ਇਕੱਲੀ ਨਹੀਂ ਜਾਂਦੀ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਹੈ, ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਬੰਦੇ ਨੂੰ ਕਿਸੇ ਥਾਂ 'ਤੇ ਕੋਈ ਨਫ਼ਾ ਹੁੰਦਾ ਦਿਖਾਈ ਦੇਸੇ ਨਾ, ਫਿਰ ਛੁਪਾਉਂਦਾ ਹੈ, ਨਾ ਭਰਾ ਨੂੰ ਪਤਾ ਚੱਲੇ, ਨਾ ਪੜੋਸੀ ਨੂੰ ਪਤਾ ਚੱਲੇ, ਬਸ ਮੈਂ ਹੀ ਆਪਣਾ ਘਰ ਬਲਣਾ ਵਾਂ, ਇਹ ਉਸਦੀ ਸੋਚਣੀ। ਮੈਂ ਇੱਕ ਦਾ ਜੁਗਾਦਰੀ ਗੰਗਾ ਨਹਿਰ ਜਮੁਨਾ ਨਹਿਰ ਦੇ ਕੰਢੇ 'ਤੇ ਘੁੰਮ ਰਿਹਾ ਸੀ। ਜੁਗਾਦਰੀ ਦੇ ਇੱਕ ਇਲਾਕੇ ਨੂੰ ਜਮੁਨਾ ਨਗਰ ਵੀ ਕਹਿੰਦੇ ਨੇ, ਜਮੁਨਾ ਦੀ ਇੱਕ ਬਹੁਤ ਵੱਡੀ ਨਹਿਰ ਉੱਥੇ ਵਗਦੀ ਹੈ। ਹੋਲੇ ਮਹੱਲੇ 'ਤੇ ਦਾਸ ਪਾਉਂਟਾ ਸਾਹਿਬ 'ਤੇ ਜੁਗਾਦਰੀ ਜਾਂਦਾ ਹੁੰਦਾ,
ਤਾਂ ਅਕਸਰ ਮੈਂ ਸੈਰ ਕਰਨ ਨਹਿਰ ਦੇ ਕੰਢੇ 'ਤੇ ਚਲਾ ਜਾਂਦਾ ਸੀ ਸ਼ਾਮ ਨੂੰ। ਮੈਂ ਉੱਥੇ ਇੱਕ ਦਿਨ ਦ੍ਰਿਸ਼ ਦੇਖ ਕੇ ਬੜਾ ਹੈਰਾਨ ਹੋਇਆ, ਭਾਈ ਗੁਰਦਾਸ ਜੀ ਦੀ ਇਹ ਪੌੜੀ ਮੇਰੀ ਅੱਖਾਂ ਦੇ ਸਾਹਮਣੇ ਆ ਗਈ। ਇਹ ਸਵਾਂਕ ਉੱਥੇ ਜੰਗਲਾਂ ਵਿੱਚ ਆਮ ਆਉਂਦੀ ਹੈ ਅਤੇ ਹਿੰਦੂ ਬੀਬੀਆਂ ਵਰਤ ਦੇ ਦਿਨਾਂ 'ਚ ਉਹਦੇ ਜੋ ਹੈ ਖੀਰ ਬਣਾ ਕੇ ਖਾਂਦੀਆਂ ਨੇ, ਹੁੰਦੀ ਉਹ ਜੰਗਲ 'ਚ ਆਪਣੇ ਆਪ ਆਉਂਦੀ ਹੈ। ਉਹਨੂੰ ਸਵਾਂਕ ਦੇ ਦਾਣੇ ਕਹਿੰਦੇ ਨੇ, ਪਤਾ ਨਹੀਂ ਇੱਥੇ ਤੁਸੀਂ ਕੀ ਆਖਦੇ ਹੋਵੋਗੇ, ਬਿਲਕੁਲ ਬਾਜਰੇ ਦੇ ਦਾਣੇ ਜਿੰਨੇ ਛੋਟੇ ਛੋਟੇ ਹੁੰਦੇ ਨੇ। ਉਹ ਇੱਕ ਬੂਟੇ ਦੇ ਨਾਲ ਕਿਧਰੋਂ ਝੜ ਕੇ ਜ਼ਮੀਨ 'ਤੇ ਡਿੱਗੇ ਪਏ ਸਨ, ਜੰਗਲੀ ਬੂਟਾ। ਤਾਂ ਇਤਨਾ ਛੋਟਾ ਦਾਣਾ ਹੁੰਦਾ ਕੀੜੀ ਦੇ ਮੂੰਹ 'ਚ ਆ ਜਾਂਦਾ ਹੈ। ਇੱਕ ਲਾਈਨ ਐਸੀ ਬਸ ਮੂੰਹ ਦੇ 'ਚ ਉਹ ਸਵਾਂਕ ਦਾ ਦਾਣਾ ਹੈ ਅਤੇ ਚੱਲ ਰਹੀਆਂ ਨੇ, ਔਰ ਜਿੱਥੇ ਖੁੱਡ ਸੀ ਉੱਥੇ ਲੈ ਜਾ ਰਹੀਆਂ ਨੇ। ਇੱਕ ਲਾਈਨ ਆ ਰਹੀ ਹੈ ਖਾਲੀ, ਇੱਕ ਲਾਈਨ ਜਾ ਰਹੀ ਹੈ ਉਹ ਜਿਨ੍ਹਾਂ ਦੇ ਮੂੰਹ 'ਚ ਦਾਣੇ ਨੇ। ਮੈਂ ਬੜੀ ਤਰਤੀਬ ਦੇਖੀ, ਮੈਂ ਕਿਹਾ ਹੱਦ ਹੋ ਗਈ, ਬੜੀ ਮਿਹਨਤ ਪਈਆਂ ਕਰਦੀਆਂ ਨੇ। ਕਮ ਸੇ ਕਮ ਬਹੁਤ ਨਹੀਂ ਤਾਂ 50 ਕਦਮਾਂ ਦੀ ਦੂਰੀ ਸੀ ਉਹਨਾਂ ਦੀ ਖੁੱਡ, ਜਿੱਥੋਂ ਚੁੱਕ ਰਹੀਆਂ ਸਨ 50 ਕਦਮਾਂ ਤੱਕ ਲੈ ਜਾ ਰਹੀਆਂ ਸਨ। ਔਰ ਮੈਂ ਪਿਛਲੇ ਦਿਨ ਹੀ ਪੜ੍ਹਿਆ ਹੈ ਕਿ ਕੋਈ ਵੀ ਪਸ਼ੂ ਮਨੁੱਖ ਜੀਵ ਆਪਣੇ ਸਰੀਰ ਦੇ ਵਜ਼ਨ ਨਾਲੋਂ ਜ਼ਿਆਦਾ ਵਜ਼ਨ ਚੁੱਕਣ ਵਿੱਚ ਅਸਮਰਥ ਹੈ, ਉਹਦੇ ਲਈ ਮੁਸ਼ਕਿਲ ਆਉਂਦੀ ਹੈ। ਜਿਤਨਾ ਸਰੀਰ ਦਾ ਵਜ਼ਨ ਹੈ ਉਤਨਾ ਹੀ ਵਜ਼ਨ ਚੁੱਕ ਸਕਦਾ, ਪਰ ਇਹ ਜਿਹੜੀ ਕੀੜੀ ਹੈ ਆਪਣੇ ਸਰੀਰ ਦੇ ਵਜ਼ਨ ਦੇ ਨਾਲੋਂ 150 ਗੁਣਾ ਵੱਧ ਵਜ਼ਨ ਚੁੱਕ ਲੈਂਦੀ ਹੈ। ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ, ਜੋ ਇਸਦੇ ਸਰੀਰ ਦਾ ਵਜ਼ਨ ਹੈ ਉਹਦੇ ਨਾਲੋਂ 150 ਗੁਣਾ ਵੱਧ ਮੂੰਹ ਦੇ ਨਾਲ ਚੁੱਕ ਲੈਂਦੀ ਹੈ। ਇਹ ਪੜ੍ਹ ਕੇ ਮੈਨੂੰ ਹੈਰਾਨਗੀ ਹੋਈ ਵੀ ਇਹਦੇ 'ਚ ਇਤਨੀ ਖੂਬੀ ਵੀ ਪਰਮਾਤਮਾ ਨੇ ਪਾ ਦਿੱਤੀ ਹੈ, ਮੂੰਹ ਦੇ 'ਚ ਦਾਣੇ ਨੇ ਜਾ ਰਹੀ ਹੈ। ਫਿਰ ਮੈਂ ਉੱਥੇ ਖੁੱਡ ਕੋਲ ਵੀ ਖੜ੍ਹਾ ਰਿਹਾ, ਭਾਵੇਂ ਮੇਰੇ ਨਾਲ ਦੇ ਸਾਥੀ ਇਹੀ ਸੋਚਦੇ ਸਨ ਵੀ ਇਹ ਪਗਲਾ ਹੀ ਹੈ, ਮੈਂ ਨਿਕੰਮੇ ਚੱਕਰਾਂ 'ਚ ਪਿਆ ਰਹਿੰਦਾ। ਮੈਂ ਕਿ ਮੈਨੂੰ ਉੱਥੇ ਭਾਈ ਗੁਰਦਾਸ ਦੀ ਪੌੜੀ ਦਿਖਾਈ ਦੇ ਰਹੀ ਹੈ, ਕਈ ਦਫ਼ਾ ਪੜ੍ਹੀ ਹੈ ਸੁਣਾਈ ਹੈ, ਅੱਜ ਪ੍ਰਤੱਖ ਰੂਪ 'ਚ ਦਿਖਾਈ ਦੇ ਰਹੀ ਹੈ। ਉਹ ਕੀੜੀ ਜਿਉਂ ਖੁੱਡ ਦੇ ਕੋਲ ਆਉਂਦੀ ਹੈ, ਦਾਣਾ ਉੱਥੇ ਰੱਖਦੀ, ਇੱਕਦਮ ਫਿਰ ਵਾਪਸ। ਮੈਂ ਕਿਹਾ ਹੱਦ ਹੋ ਗਈ, ਇਤਨਾ ਪਿੰਡਾ ਤੈਅ ਕਰਕੇ ਆਈਏ ਫਿਰ ਚੱਲ ਪਈ ਹੈ। ਅਤੇ ਹੁਣ ਸਵਾਂਕ ਦੇ ਦਾਣੇ ਜੋ ਇਹ ਰੱਖ ਕੇ ਜਾ ਰਹੀ ਹੈ, ਇਹਨੂੰ ਭਰੋਸਾ ਵੀ ਹੈ ਮੇਰਾ ਹਿੱਸਾ ਮੈਨੂੰ ਮਿਲ ਜਾਏਗਾ। ਇਹ ਨਹੀਂ ਤੌਖਲਾ ਕਿ ਮੈਂ ਰੱਖ ਕੇ ਜਾ ਰਹੀ ਹਾਂ ਅਤੇ ਮੈਨੂੰ ਮਿਲਣਾ ਹੀ ਨਹੀਂ ਕੁਛ, ਮੈਨੂੰ ਲੱਭਣਾ ਹੀ ਨਹੀਂ ਕੁਛ। ਇਤਨੀ ਇਮਾਨਦਾਰੀ ਹੈ, ਕਿਆ ਇਤਨੀ ਇਮਾਨਦਾਰੀ ਮਨੁੱਖ ਦੀ ਦੁਨੀਆ 'ਚ ਹੈ? ਕਦੇ ਹੀ ਨਹੀਂ। ਹਰ ਚੀਜ਼ ਨੂੰ ਤਾਲੇ ਲਾਉਣੇ ਪੈਂਦੇ, ਨਹੀਂ ਤਾਂ ਲੱਭੇ ਕੱਖ ਵੀ ਨਾ। ਗੁਰੂ ਦੀ ਗੋਲਕ ਨੂੰ ਵੀ ਤਾਲਾ ਲਾਉਣਾ ਪੈਂਦਾ, ਨਾ ਲਾਈਏ ਤਾਂ ਇਹਦੇ 'ਚੋਂ ਵੀ ਕੱਖ ਨਾ ਲੱਭੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉੱਥੇ ਇਤਨੀ ਇਮਾਨਦਾਰੀ ਹੈ ਵੀ ਜੋ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲ ਜਾਣਾ, ਮੈਨੂੰ ਲੱਭਣਾ। ਗੁਰਮੁਖ ਮਾਰਗ ਚੱਲਣਾ ਇਕਦ ਖੁੱਡ ਸਹਨ ਸਮਾਵੇ, ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਦਰੀ ਤਿੱਥੇ ਚਲ ਜਾਵੇ। ਫਿਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਰੇਤ ਦੇ 'ਚ ਕਿਧਰੇ ਇੱਕ ਇੱਕ ਖੰਡ ਦਾ ਦਾਣਾ ਬਿਖਰਿਆ ਪਿਆ ਹੋਵੇ ਅਤੇ ਹਾਥੀ ਨੂੰ ਆਖੀਏ ਤੂੰ ਚੁਣ ਇਹ ਖਾ, ਮੁਸ਼ਕਿਲ ਹੈ। ਵਿਚਾਰਾ ਸੂੰਡ ਮਾਰੇਗਾ, ਕਿਧਰੇ ਦਾਣਾ ਜੇ ਪਿਆ ਵੀ ਮੂੰਹ 'ਤੇ ਰੇਤ ਇਤਨੀ ਪੈ ਜਾਣੀ ਹੈ ਖੰਡ ਦਾ ਸਵਾਦ ਹੀ ਨਹੀਂ ਆਏਗਾ। ਪਰ ਬਿਖਰੀ ਹੋਈ ਖੰਡ ਜੋ ਰੇਤ ਦੇ 'ਚ ਹੈ ਇਹ ਕੀੜੀ ਕੱਢ ਲੈਂਦੀ ਹੈ।
ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੂੰਹ ਦੇ ਚ ਪਾ ਲੈਂਦੀ ਹੈ। ਬੜਾ ਸੁੰਦਰ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਵੀ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ। ਹਰੀ ਦਾ ਨਾਮ ਹੈ ਤੇ ਖੰਡ ਪਰ ਪਦਾਰਥਾਂ ਦੀ ਰੇਤ ਵਿਕਾਰਾਂ ਦੀ ਰੇਤ ਦੇ ਚ ਬਿਖਰਿਆ ਪਿਆ। ਪਤਤ ਸੰਸਕਾਰ ਕਿਤਨੇ ਵਿਕਾਰ ਪੜਾ ਪਤਾ ਨਹੀਂ ਕਿਤਨਾ ਉਪੱਦਰ ਪਿਆ ਅੰਦਰ, ਉਹਦੇ ਚ ਹੀ ਹਰੀ ਦਾ ਨਾਮ ਖੰਡ ਰੂਪੀ ਪਿਆ। ਸ਼ਬਦ ਦੀ ਵਿਚਾਰ ਖੰਡ ਹੈ। ਹੁਣ ਕੋਈ ਹਾਥੀ ਦੀ ਤਰ੍ਹਾਂ ਗੁਰਦੁਆਰੇ ਆਵੇ, ਹਾਥੀ ਦੀ ਤਰ੍ਹਾਂ ਆਪਣੀ ਹੋਂਦ ਪ੍ਰਗਟ ਕਰੇ, ਮੈਂ ਵੀ ਹਾਂ ਮੈਂ ਵੀ ਹਾਂ ਮੈਂ ਵੀ ਹਾਂ, ਉਹ ਤੇ ਹਾਥੀ ਹੈ। ਅਗਰ ਇਹ ਸੂੰਡ ਮਾਰੇਗਾ ਤੇ ਸ਼ਾਇਦ ਇੱਕ ਦਾਣੇ ਦੀ ਥਾਂ ਤੇ ਮੂੰਹ ਦੇ ਚ ਮਿੱਟੀ ਇਤਨੀ ਪੈ ਜਾਣੀ, ਇਹਨੂੰ ਸਵਾਦ ਕੱਖ ਨਹੀਂ ਆਉਣਾ। ਕੀੜੀ ਸਵਾਦ ਮਾਣ ਲਏਗੀ, ਖੰਡ ਦਾ ਦਾਣਾ ਕੱਢ ਲਏਗੀ। ਹਾਥੀ ਕੌਣ ਜਿਹਦੇ ਕੋਲ ਜ਼ਾਤ ਦਾ ਮਾਣ ਹੋਵੇ, ਕੁੱਲ ਦਾ ਮਾਣ ਹੋਵੇ, ਇਲਾਕੇ ਦਾ ਮਾਣ ਹੋਵੇ, ਧਨ ਦਾ ਗਰੂਰ ਹੋਵੇ, ਜੋਬਨ ਦਾ ਤਕੱਬਰ ਹੋਵੇ, ਤੇ ਹਾਥੀ ਦੀ ਤਰ੍ਹਾਂ ਹਾਰੇ ਪੱਲੇ ਕੱਖ ਨਹੀਂ ਪਏਗਾ। ਕਹੋ ਕਬੀਰ ਕੁੱਲ ਜਾਤ ਪਾਤ ਤਜ, ਜ਼ਾਤ ਦਾ ਮਾਣ ਤਿਆਗ ਕੇ, ਕੁੱਲ ਦਾ ਮਾਣ ਤਿਆਗ ਕੇ, ਧਨ ਤੇ ਜੋਬਨ ਦਾ ਮਾਣ ਤਿਆਗ ਕੇ, ਐਨ ਕੀੜੀ ਦੀ ਤਰ੍ਹਾਂ ਜਿਹੜਾ ਨਿਮਾਣਾ ਹੋ ਕੇ ਆਵੇ। ਕਬੀਰ ਕਹਿੰਦੇ ਖੰਡ ਦਾ ਦਾਣਾ ਮੂੰਹ ਦੇ ਚ ਪੈ ਜਾਏਗਾ, ਸਵਾਦ ਨਾਲ ਭਰ ਜਾਏਗਾ, ਰਸ ਨਾਲ ਭਰ ਜਾਏਗਾ, ਆਨੰਦ ਨਾਲ ਭਰ ਜਾਏਗਾ। ਕਹੋ ਕਬੀਰ ਕੁੱਲ ਜਾਤ ਪਾਤ ਤਜ। ਆਂਦੀ ਤੇ ਦੁਨੀਆ ਬਹੁਤ ਸਾਰੀ ਗੁਰਦੁਆਰੇ ਪਰ ਬੇਸਵਾਦੀ ਕਰਕੇ ਚਲੇ ਜਾਂਦੇ ਨੇ, ਰਸ ਤੇ ਕਿਸੇ ਕਿਸੇ ਨੂੰ ਮਿਲਦਾ। ਅਗਰ ਰਸ ਨਹੀਂ ਆਇਆ ਤਾਂ ਇਹਨਾਂ ਵਿੱਚ ਕੁਛ ਨਾ ਕੁਛ ਕਾਰਨ ਤੇ ਹੈ, ਕਿਧਰੇ ਜ਼ਾਤ ਦਾ ਹੰਕਾਰ, ਕਿਧਰੇ ਜੋਬਨ ਦਾ ਹੰਕਾਰ, ਕਿਧਰੇ ਜਵਾਨੀ ਦਾ ਹੰਕਾਰ, ਕਿਧਰੇ ਧਨ ਸੰਪਦਾ ਦਾ ਹੰਕਾਰ, ਕਿਧਰੇ ਕੁੱਲ ਦਾ ਹੰਕਾਰ, ਔਰ ਕਿਧਰੇ ਪੂਜਾ ਪ੍ਰਤਿਸ਼ਠਾ ਪ੍ਰਭਤਾ ਦਾ ਹੰਕਾਰ, ਕੁਛ ਨਾ ਕੁਛ ਤੇ ਹੈ। ਨਹੀਂ ਤੇ ਖੰਡ ਦਾ ਦਾਣਾ ਮੂੰਹ ਦੇ ਚ ਕਿਉਂ ਨਹੀਂ ਪਿਆ? ਕਹੋ ਕਬੀਰ ਕੁੱਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇੰਨੀਆਂ ਖੂਬੀਆਂ ਨੇ ਇਸ ਕੀੜੀ ਵਿੱਚ, ਆਪਣੇ ਮੁਖੀ ਦੇ ਪਿੱਛੇ ਚੱਲਦੀ ਹੈ। ਔਰ ਭਾਈ ਸਾਹਿਬ ਕਵਿਤ ਸਵਈਏ 'ਚ ਸਪਸ਼ਟ ਕਰਦੇ ਨੇ, ਕੀਟੀ ਖੱਗ ਮ੍ਰਿਗ, ਕੀੜੀ ਖੱਗ ਪੰਛੀ ਕੂੰਜ ਤੇ ਮ੍ਰਿਗ ਹਿਰਨ। ਕੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਏ, ਪ੍ਰਾਣੀ ਗੁਰੂ ਪੰਥ ਛਾੜ ਚਲਤ ਅਗਿਆਨ ਹੈ। ਇਹ ਕਹਿੰਦਾ ਐ ਗੁਰੂ ਤੂੰ ਅੰਮ੍ਰਿਤ ਦੀ ਗੱਲ ਆਖਦਾ, ਆਪਾਂ ਸ਼ਰਾਬ ਪੀਣੀ ਹੈ। ਤੂੰ ਬੰਕੇ ਲੋਇਣ ਦੰਤ ਰਸਾਲਾ, ਤੇਰੇ ਸੋਹਣੇ ਨੱਕ ਜਿੱਤ ਲੰਬੜੇ ਵਾਲਾ, ਤੂੰ ਆਖ ਪਿਆ ਆਪਾਂ ਤੇ ਨਾਈ ਕੋਲ ਛੋਟੇ ਹੀ ਕਰਾਣੇ ਨੇ, ਭਾਵੇਂ ਤੂੰ ਲੰਬੇ ਆਖ ਪਿਆ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲਦੀ ਹੈ ਤਾਂ ਮੈਨੂੰ ਲਖਨਊ ਦਾ ਗਿਆਨੀ ਅਵਤਾਰ ਸਿੰਘ ਚੇਤੇ ਆ ਜਾਂਦਾ ਹੈ। ਉਸ ਵਿਚਾਰੇ ਦੇ ਕੇਸ ਚੜ ਗਏ ਕਿਸੇ ਬਿਮਾਰੀ ਕਰਕੇ, ਦਾੜੀ ਵੀ ਜਾਂਦੀ ਰਹੀ, ਸਿਰ ਦੇ ਕੇਸ ਵੀ ਜਾਂਦੇ ਰਹੇ, ਤੇ ਕੀਰਤਨੀਆਂ ਬੜਾ ਸੋਹਣਾ ਤੇ ਗੁਰਮੁਖ, ਤੇ ਮੇਰੇ ਅੱਗੋਂ ਇੱਕ ਦਿਨ ਰੋਇਆ, ਕਹਿੰਦਾ ਗਿਆਨੀ ਜੀ ਬਹੁਤ ਦੁਖੀ ਹੈ, ਮੈਨੂੰ ਤੇ ਸਟੇਜ ਤੇ ਬੈਠਦਿਆਂ ਵੀ ਸ਼ਰਮ ਆਉਂਦੀ ਹੈ। ਉਹਨੇ ਪੰਜ ਪਿਆਰਿਆਂ ਦਾ ਪ੍ਰਸ਼ਾਦ ਆਖਿਆ ਘਰ ਦੇ ਚ, ਮੈਨੂੰ ਵੀ ਲੈ ਗਿਆ, ਅਰਦਾਸ ਕਰਾਈ। ਫਿਰ ਕਹਿਣ ਲੱਗਾ ਗਿਆਨੀ ਜੀ ਕੋਈ ਦਵਾਈ ਦੱਸੋ ਮੈਂ ਲਾਵਾਂ, ਕੋਈ ਤੁਹਾਡੀ ਨਿਗਾਹ ਥੱਲੇ ਆਈ ਹੋਵੇ ਇਸ ਤਰ੍ਹਾਂ।
ਤੇ ਮੈਨੂੰ ਦਾੜਾ ਆ ਜਾਏ, ਕੇਸ ਆ ਜਾਣ। ਮੈਂ ਕਿਹਾ ਮਿੱਤਰਾ ਮੇਰੀ ਸਮਝ 'ਚ ਨਹੀਂ ਆਉਂਦੀ, ਜਿਹਨੂੰ ਦਾੜਾ ਨਾ ਆਵੇ ਉਹ ਦਵਾਈ ਲੱਭਦਾ ਹੈ, ਔਰ ਜਿਹਨੂੰ ਆ ਜਾਏ ਉਹ ਫਿਰ ਨਾਈ ਲੱਭਦਾ ਹੈ। ਮੈਨੂੰ ਹੈਰਾਨਗੀ ਹੈ, ਤੂੰ ਦਵਾਈ ਲੱਭਦਾ ਹੈ ਕਿ ਦਾੜਾ ਆ ਜਾਏ, ਅਤੇ ਜਿਹਨਾਂ ਨੂੰ ਆ ਜਾਂਦਾ ਫਿਰ ਉਹ ਨਾਈ ਲੱਭਦੇ ਨੇ। ਨਾ ਆਵੇ ਖੋਦਾਪਣ ਵੀ ਠੀਕ ਨਹੀਂ ਲੱਗਦਾ, ਬੰਦਾ ਇੱਕ ਕਮੀ ਮਹਿਸੂਸ ਕਰਦਾ। ਮੈਨੂੰ ਕਈ ਤਿਬਤੀ ਸੱਜੇ ਸਿੰਘ ਮਿਲੇ ਦਰਬਾਰ ਸਾਹਿਬ, ਕਹਿਣ ਲੱਗੇ ਸਾਡੇ ਲਈ ਅਰਦਾਸ ਕਰੋ ਸਾਨੂੰ ਦਾੜਾ ਆਵੇ। ਉਹਨਾਂ ਨੂੰ ਦਾੜਾ ਨਹੀਂ ਆਉਂਦਾ ਤਿਬਤੀਆਂ ਨੂੰ, ਕੁਛ ਮੰਗੋਲ ਨਸਲ ਐਸੀ ਹੈ ਉਹਨਾਂ ਨੂੰ ਕੇਸ ਨਹੀਂ ਆਉਂਦੇ, ਇਹ ਦਾੜਾ ਨਹੀਂ ਆਉਂਦਾ। ਕਹਿੰਦੇ ਅਸੀਂ ਦਸਤਾਰ ਵੀ ਸਜਾ ਲਈਏ, ਸਭ ਕੁਛ ਹੋ ਗਿਆ, ਹੁਣ ਸਿੰਘ ਲੱਗਦੇ ਨਹੀਂ, ਕਹਿੰਦੇ ਕੀ ਕਰੀਏ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਸਾਡੇ ਲਈ ਅਰਦਾਸ ਕਰੋ, ਦਰਬਾਰ ਸਾਹਿਬ ਸਾਡੇ ਲਈ ਅਰਦਾਸ ਕਰੋ, ਸਾਨੂੰ ਇਹ ਦਾੜਾ ਆਵੇ, ਸਿੰਘ ਲੱਗੀਏ ਤਾਂ ਸਹੀ। ਮੈਂ ਕਿ ਤੁਸੀਂ ਅਰਦਾਸ ਕਰਾਉਣਾ ਚਾਹੁੰਦੇ ਹੋ, ਸਿੰਘਾਂ ਦੀ ਤਰ੍ਹਾਂ ਲੱਗੀ ਹੈ, ਅਤੇ ਜਿਹੜੇ ਸਿੰਘਾਂ ਦੀ ਤਰ੍ਹਾਂ ਲੱਗਦੇ ਨੇ ਉਹ ਕੈਂਚੀ ਨਾਲ ਤਰਾਸ਼ ਕੇ ਪਰੇ ਸੁੱਟ ਦਿੰਦੇ ਨੇ। ਤੋ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਕੀੜੀ ਕੂੰਜ ਅਤੇ ਹਿਰਨ ਆਪਣੇ ਗੁਰੂ ਦੇ ਪਿੱਛੇ ਚੱਲਦੇ ਨੇ। ਇੱਕ ਬੰਦਾ ਹੀ ਹੈ ਕਹਿੰਦਾ ਗੁਰੂ ਤੇਰਾ ਮਾਰਗ ਇਹ ਅਤੇ ਮੇਰਾ ਮਾਰਗ ਹੈ। ਤੋ ਮਨੁੱਖ ਦਾ ਮਾਰਗ ਮਨੁੱਖ ਨੂੰ ਸੰਸਾਰ ਦੇ ਵਿੱਚ ਭਟਕਾ ਕੇ ਰੱਖ ਦਿੰਦਾ, ਗੁਰੂ ਦਾ ਮਾਰਗ ਮਨੁੱਖ ਨੂੰ ਨਿਰੰਕਾਰ ਤੱਕ ਪਹੁੰਚਾ ਦਿੰਦਾ, ਪਰਮਾਤਮਾ ਤੱਕ ਪਹੁੰਚਾ ਦਿੰਦਾ। ਪਰਮਾਤਮਾ ਤੱਕ ਪਹੁੰਚਣਾ ਹੈ ਤੋ ਕੂੰਜ ਦੀ ਤਰ੍ਹਾਂ, ਕੀੜੀ ਦੀ ਤਰ੍ਹਾਂ ਔਰ ਮ੍ਰਿਗ ਹਿਰਨ ਦੀ ਤਰ੍ਹਾਂ ਗੁਰੂ ਦੇ ਪਿੱਛੇ ਚੱਲਣਾ ਪਏਗਾ। ਅਤੇ ਗੁਰੂ ਦੇ ਪਿੱਛੇ ਚੱਲਣਾ ਕੀ ਹੈ? ਗੁਰੂ ਦੀ ਗੱਲ ਮੰਨਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਵਾਨੀ। ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਜਾਪ ਕਰਦਾ ਹੈ, ਗੁਰਮਤਿ ਦੀ ਰਹਿਣੀ ਬਹਿਣੀ ਧਾਰਨ ਕਰਦਾ ਹੈ, ਇਹ ਗੁਰੂ ਦੇ ਪਿੱਛੇ ਚੱਲਣਾ, ਇੱਕ ਦਿਨ ਪ੍ਰਭੂ ਤੱਕ ਪਹੁੰਚ ਜਾਂਦਾ, ਪਰਮਾਤਮਾ ਤੱਕ ਪਹੁੰਚ ਜਾਂਦਾ ਔਰ ਜੀਵਨ ਉਸਦਾ ਸਫਲ ਹੋ ਜਾਂਦਾ। ਇਤਨੀਆਂ ਵਿਚਾਰਾਂ ਅੱਜ ਪ੍ਰਵਾਨ ਕਰਨੀਆਂ। ਮੈਂ ਤਿੰਨ ਚਾਰ ਜਗ੍ਹਾ ਹਾਜ਼ਰੀ ਭਰ ਕੇ ਅਤੇ ਬਹੁਤ ਥਕਾਵਟ ਦੀ ਹਾਲਤ ਹੀ ਤੁਹਾਡੇ ਤੱਕ ਪਹੁੰਚਿਆ। ਮੈਨੂੰ ਕਹਿਣ ਲੱਗੇ ਵੀ ਘੰਟਾ ਬੋਲਣਾ, ਮੈਂ ਕਿਹਾ ਆਪਣੀ ਤਾਂ ਹਿੰਮਤ ਆ ਜਾਇਆ, ਕੋਈ ਨਹੀਂ, ਸਰੀਰ ਥੱਕ ਗਿਆ, ਜਿਤਨੀ ਸੇਵਾ ਗੁਰੂ ਨੇ ਕਰਾਈ ਉਤਨੀ ਪ੍ਰਵਾਨ ਕਰ ਲੈਣੇ। ਪਰ ਅਜੇ ਵੀ 30-40 ਮਿੰਟ ਮੈਂ ਜਾ ਕੇ ਗੁਰਦੁਆਰਾ ਸਾਊਥ ਹਾਲ ਦੇ ਵਿੱਚ ਹਾਜ਼ਰੀ ਭਰਨੀ ਹੈ ਸਿੰਘ ਸਭਾ। ਇਸ ਤਰ੍ਹਾਂ ਗੁਰ ਪ੍ਰਬੰਧਕਾਂ ਨੇ ਪ੍ਰੋਗਰਾਮ ਜੋ ਹੈ ਬਣਾਇਆ। ਕਹਿਣ ਲੱਗੇ ਜਾਂ ਤਾਂ ਜ਼ਿਆਦਾ ਰਹੋ, ਤਾਂ ਮੇਰੇ ਕੋਲ ਵਕਤ ਥੋੜ੍ਹਾ ਜਿਹਾ, ਮੈਂ 22 ਸਤੰਬਰ ਨੂੰ ਵਾਪਸ ਜਾਣਾ, ਇੰਡੀਆ ਦੇ ਪ੍ਰੋਗਰਾਮ ਨੇ, ਅਤੇ ਅਕਤੂਬਰ ਦਾ ਮਹੀਨਾ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਭਰਨੀ ਹੈ। ਸੋ ਇਤਨੀ ਹੈ ਥੋੜ੍ਹੀ ਜਿਹੀ ਸੇਵਾ ਇਸ ਵਕਤ ਕਬੂਲ ਕਰਨੀ ਲੜੀ।